ਸਤਿ ਸ਼੍ਰੀ ਅਕਾਲ ਜੀ, ਦਿਸ ਆ ਮਨਕੀਰ ਟਾਕ ਤੇ ਆਪਾਂ ਲਾਈਵ ਆ ਆਪਣੇ ਹੀ ਪੇਜ ਤੇ ਤੇ ਨਾਲ ਜੁਗਰਾਜ ਸਿੱਧੂ ਭਾਜੀ ਪਿੱਛੇ ਲਾਈਵ ਜਾਣ ਤੋਂ ਪਹਿਲਾਂ ਕਹਿ ਦੇਣਾ ਸੀ ਕੁਛ ਸੋਹਣੀ ਬਣੀ ਲੱਗੀ ਜਾਂਦੀ ਆ ਮੈਂ ਉਹੀ ਲੈ ਲਈਏ ਤੇ ਸੋਹਣਾ ਸਰਦਾਰ ਸਾਡਾ ਭਰਾ ਵੱਡਾ ਰਾਜਵੀਰ ਜਵੰਦਾ ਤੇ ਰੋਜ਼ਲੀਨ ਜੈਸਮਿਨ ਦੀ ਛੋਟੀ ਭੈਣ ਤੇ ਇੱਧਰ ਪ੍ਰਮੋਟਰ ਸਾਹਿਬ ਆਪਣੇ ਦੇ ਦਿਓ ਸਾਰਿਆਂ ਨੂੰ ਉਹ ਕੀ ਕਹਿੰਦੇ ਹੁੰਦੇ ਆ ਹੌਂਕਾ ਹੌਂਕਾ ਮੇਲੇ ਤੋਂ ਬਾਅਦ ਭਾਜੀ ਹੁਣੀ ਰਜਿਸਟਰੀ ਕਰਾ ਰਿਹਾ ਤੇ ਸੋ ਸਾਰੇ ਹੁਮ ਹਮਾ ਕੇ ਪਹੁੰਚਿਓ ਜੀ ਮੇਰੇ ਨਾਲ ਮਨਕੀਰ ਤਾਲਕ ਜੈਸਮਿਨ ਜੀ ਰਾਜਵੀਰ ਵੀਰਾ ਗੁਰਨਾਮ ਭੁੱਲਰ ਸ਼ੈਰੀਮਾਨ ਵੀਰਾ ਗੈਰੀ ਸੰਧੂ ਵੀਰਾ ਮੇਲੇ ਨੇਹਾ ਕੱਕੜ ਵੀ ਆ ਰਹੇ ਕਿਉਂਕਿ ਨੇਹਾ ਕੱਕੜ ਗੱਲਾਂ ਮਿੱਠੀਆਂ ਬਹੁਤ ਸੋਹਣਾ ਗਾਉਂਦੀ ਹੈ ਨਾ ਕੁਲਵੀਰ ਝੁੰਜਰ ਹਾਂ ਕੁਲਵੀਰ ਝੁੰਜਰ ਵੀਰਾ ਤੇ ਭੁਪਿੰਦਰ ਗਿੱਲ ਜੀ ਸਾਡੇ ਮਹਾਨ ਵੀਰਾ ਗਗਨ ਕੁਕਰੀ ਜੀ ਸਾਰੇ ਪਹੁੰਚ ਰਹੇ ਨੇ ਸੋ ਗੱਲਾਂ ਹੋਣਗੀਆਂ ਬਾਤਾਂ ਹੋਣਗੀਆਂ ਗਾਣੇ ਸੁਣਾਵਾਂਗੇ ਤੇ ਪੂਰਾ ਫਨ ਹੋਊਗਾ ਸੋ ਮੇਰੇ ਵਾਲ ਆਲੇ ਆ ਕਾਲੇ ਕਰਾ ਕੇ ਆਵਾਂਗੇ ਆਪਾਂ ਸੋ ਕਹਿੰਦੇ ਵੀ ਔਖਾ ਕੰਮ ਹੈ ਤੇ ਨਿੱਕਾ ਨਿੱਕਾ ਤੁਹਾਨੂੰ ਗਾਣਾ ਸੁਣਾ ਦਈਏ ਜੈਸਮਿਨ ਤੋਂ ਸਟਾਰਟ ਓਕੇ ਕਿਹੜਾ ਸੁਣਾਵਾਂ ਦੱਸ ਫੇ ਉਹ ਜਿਹੜਾ ਆਈਫੋਨ ਕੋਠੇ ਤੇ ਚੜ੍ਹਦੀ ਯਾਦ ਤੇਰੀ ਹਰ ਵੇਲੇ ਪਾਉਂਦੀ ਕਾਲਜੇ ਨੂੰ ਖਿੱਚ ਮੇਰਾ ਰਹਿੰਦਾ ਹੈ ਤੇ ਹਨ ਸਦਾ ਸੈੱਲ ਫੋਨ ਵਿੱਚ ਜਦੋਂ ਅੱਜ ਤੇਰੀ ਕਾਲ ਮੁੱਕ ਹੋ ਜੇ ਮੇਰਾ ਲਾਲ ਜੱਟ ਚੁੱਕ ਕੇ ਮੋਬਾਈਲ ਕੋਠੇ ਚੜ੍ਹਦੀ ਤੱਕਣੇ ਨੂੰ ਤੈਨੂੰ ਹਾਣੀਆਂ ਨਿੱਤ ਆਣ ਕੇ ਦਰਾਂ ਦੇ ਵਿੱਚ ਖੜਦੀ ਜਵੰਦਾ ਸਾਹਿਬ ਮੇਰਾ ਨਾ ਫੇਵਰੇਟ ਉਹ ਜਿਹੜਾ ਉਹ ਕੈਨੇਡਾ ਵਾਲੀ ਲਾਈਨ ਕਲੀ ਜਵੰਦੇ ਦੀ ਲਾਈਨ ਉਹਦੇ ਚ ਮੈਂ ਸੁਣਾਉਣਾ ਤੁਹਾਨੂੰ ਲਾੜੀ ਖੁਸ਼ ਹੁੰਦੀ ਜਦੋਂ ਲੱਗ ਜੇ ਮਹਿੰਦੀ ਸ਼ਗਨਾਂ ਦੀ ਤੇ ਲਾੜਾ ਖੁਸ਼ ਹੁੰਦਾ ਜਦੋਂ ਪੱਗ ਤੇ ਕਲਗੀ ਲਾਵੇ ਜੀਜਾ ਖੁਸ਼ ਹੁੰਦਾ ਜਦ ਨੋਟ ਵਾਰਦਾ ਸਾਲੀ ਤੋਂ ਤੇ ਸਾਲੀ ਖੁਸ਼ ਹੁੰਦੀ ਜਦੋਂ ਜੀਜੇ ਤੋਂ ਰੀਵਨ ਕਟਾਵੇ ਉਹ ਤੂੰ ਵੀ ਖੁਸ਼ ਹੁੰਦੀ ਜਦੋਂ ਆਉਂਦੀ ਹੱਥ ਗਵਈਏ ਦੇ ਮੈਂ ਸਦਕੇ ਸਿੰਗਰ ਖੁਸ਼ ਹੁੰਦਾ ਜਦੋਂ ਵਿੱਚ ਕੈਨੇਡਾ ਗਾਵੇ ਕਿਆ ਬਾਤ ਤੁਸੀਂ ਵੀ ਕੋਈ ਸ਼ੇਰ ਜਾ ਕੁਛ ਸੁੱਟ ਜਾਓ ਨਿੱਕਾ ਮੋਟਾ ਤੁਹਾਡੇ ਤੋਂ ਸੁਣੀ ਜਾਂਦੇ ਤੁਹਾਡੇ ਵਿਹੜੇ ਆਏ ਤੁਸੀਂ ਫੁੱਲੇ ਨਾਲ ਸਮਾਇਓ ਉਹਦੀ ਚੀਜ਼ ਨਾਲ ਜਿਹੜੀ ਰੇੜੀ ਤੇ ਨਹੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਸਾਰਿਆਂ ਨੂੰ ਇੱਕੋ ਗੱਲ ਕਹੂੰਗਾ ਜੀ ਕੈਨੇਡਾ ਡੇ ਤੇ ਤੁਹਾਡੇ ਕਰਕੇ ਆਏ ਆ ਸੋ ਹੁਮ ਹਮਾ ਕੇ ਪਹੁੰਚਿਓ ਹਾਂਜੀ ਕੂਲਾ ਕੂਲਾ ਕਾ ਦਰਖਤਾਂ ਦੀ ਸੰਘਣੀ ਛਾਂ ਕਿਆ ਕਿੰਨਾ ਕੂਲਾ ਬਹੁਤ ਜ਼ਿਆਦਾ ਕਿਆ ਬਾਤ ਹੈ ਅੱਛਾ ਅੱਗੇ ਗਈ ਕੈਨੇਡਾ 150 ਸਾਲ ਪਰਿਵਾਰਾਂ ਦੇ ਨਾਲ ਕਿਆ ਬਾਤ ਸਾਰੇ ਪਰਿਵਾਰਾਂ ਨਾਲ ਸਾਰੇ ਪਹੁੰਚਿਓ ਸੋ ਆਪਣੇ ਰਾਜਵੀਰ ਜਵੰਦਾ ਜੀ ਨੇ ਇੱਕ ਗੀਤ ਵੀ ਬਣਾਇਆ ਕੈਨੇਡਾ ਦੇ ਤੇ ਇਹ ਇੱਕ ਆਪਾਂ ਗੁਰੂ ਘਰ ਸੋ ਮੱਥਾ ਟੇਕ ਲਓ ਜੀ ਇੰਡੀਆ ਕਿਉਂਕਿ ਰਾਤ ਹੋਈ ਆ ਸੋ ਟੈਕਸੀ ਗੁਰੂ ਘਰ ਸਤਨਾਮ ਵਾਹਿਗੁਰੂ ਸ਼ੁਕਰ ਦਾਤਿਆ ਸਤਨਾਮ ਵਾਹਿਗੁਰੂ ਸ਼ੁਕਰ ਕੀ ਮਹਾਰਾਜ ਸੋ ਕੈਨੇਡਾ ਵਾਲਾ ਗੀਤ ਸੋ ਜਵੰਦਾ ਸਾਹਿਬ ਕੈਨੇਡਾ ਵਾਲਾ ਜੀ ਇੱਕ ਰੇਡੀਓ ਤੇ ਵੀ ਅਸੀਂ ਚਲਾ ਰਹੇ ਆ ਵੀ ਮੇਲਿਆਂ ਚੋਂ ਮੇਲਾ ਬਈ ਕੈਨੇਡਾ ਡੇ ਦਾ ਇਕੱਠ ਭਰਾ ਆ ਗਿਆ ਦਵਿੰਦਰ ਨੂੰ ਕਹੇ ਜੁਗਰਾਜ ਬਈ ਆਹ ਤਾਂ ਨਜ਼ਾਰਾ ਗਿਆ ਦਵਿੰਦਰ ਬਾਈ ਤੇ ਜੁਗਰਾਜ ਬਾਈ ਜਿਨ੍ਹਾਂ ਨੇ ਸਾਰਾ ਮੇਲਾ ਮੇਲਿਆਂ ਚੋਂ ਮੇਲਾ ਬਈ ਕੈਨੇਡਾ ਡੇ ਦਾ ਤੇ ਇਕੱਠ ਭਰਾ ਆ ਗਿਆ ਦਵਿੰਦਰ ਨੂੰ ਕਹੇ ਜੁਗਰਾਜ ਬਾਈ ਆਹ ਤੇ ਨਜ਼ਾਰਾ ਆ ਗਿਆ ਟਰੱਕ ਸ਼ੋ ਟਰੱਕਾਂ ਵਾਲੇ ਆ ਗਏ ਮਿੱਤਰੋ ਬੰਨ ਬੰਨ ਟੋਲੀਆਂ
ਆਲਾ ਕਿਸੇ ਕਾ ਗਾਣੇ ਕੌਣ ਗੱਭਰੂ ਤੇ ਪੈਂਦੀਆਂ ਨੇ ਬੋਲੀਆਂ ਲਾਲਾ ਕਿਸੇ ਕਾ ਗਾਣੇ ਕੌਣ ਗੱਭਰੂ ਤੇ ਪੈਂਦੀਆਂ ਨੇ ਬੋਲੀਆਂ ਸੋ ਤੁਸੀਂ ਟਰੱਕਾਂ ਦੇ ਵੀ ਦਰਸ਼ਨ ਕਰ ਸਕਦੇ ਆ ਤੇ ਟਰੱਕਾਂ ਵਾਲੇ ਵੀਰਾਂ ਵਾਸਤੇ ਸਪੈਸ਼ਲ ਸੋ ਜਗਰਾਜ ਭਾਈ ਹੋਰ ਕੋਈ ਗੱਲ ਜਗਰਾਜ ਭਾਈ ਇੱਕ ਸਾਰਿਆਂ ਨੂੰ ਦੱਸੋ ਵੀ ਸਾਰਿਆਂ ਨੂੰ ਪਤਾ ਲੱਗਿਆ ਵੀ ਤੁਸੀਂ ਢਿੱਡ ਪਤਲਾ ਕਰ ਰਹੇ ਆ ਤੇ ਉਹ ਕੀ ਕੀ ਕਿਹੜੇ ਜਗਰਾਜ ਵੀਰਾ ਮੈਨੂੰ ਪਹਿਲਾਂ ਇੰਡੀਆ ਆਪਣੇ ਦਿੱਲੀ ਏਅਰਪੋਰਟ ਤੇ ਮਿਲਿਆ ਉਦੋਂ ਥੋੜਾ ਮੋਟਾ ਸੀ ਪਰ ਹੁਣ ਫਿੱਟ ਹੋ ਗਿਆ ਸੋ ਵੀਰ ਨੂੰ ਵੀ ਹਨਾ ਮੇਰੇ ਵੱਲੋਂ ਸੋ ਤੁਸੀਂ ਮੈਨੂੰ ਕਿਹਾ ਸੀਗਾ ਤੀਆਂ ਦੇ ਮੇਲੇ ਤੇ ਹਾਂ ਕਿ ਫਿੱਟ ਹੋਣਾ ਮੈਂ ਕਿਹਾ ਚੱਲ ਠੀਕ ਹੈ ਹੋ ਜਾਂਦੇ ਫਿਰ ਕਿਆ ਬਾਤ ਹੈ ਕਿਆ ਬਾਤ ਹੈ ਘਟਾ ਲਿਆ ਭਾਰ ਹੁਣ 5-7 ਪਾਉਂਡ ਸੋ ਲਵ ਯੂ ਗਾਇਜ਼ ਸਾਰੇ ਹੁਮ ਹਮਾ ਕੇ ਪਹੁੰਚਿਓ ਤੇ ਗਾਣਾ ਤਾਂ ਗਾਇਆ ਨਹੀਂ ਮੈਂ ਅਹੀ ਤਾਂ ਆਪਾਂ ਖੋਲਿਆ ਸੀਗਾ ਫੇਸਬੁੱਕ ਸੱਚ ਮੈਂ ਕਿਹੜੇ ਵਾਲਾ ਗਾਵਾਂ ਗੈਂਗਲੈਂਡ ਬਣਿਆ ਬਚ ਕੇ ਨਿਕਲ ਜਾਂਦਾ ਹੈ ਹਾਂ ਆਹੋ ਹੈ ਨਾ ਸਾਰੇ ਨੂੰ ਪਾ ਕੇ ਜੰਮਿਆ ਸੀ ਜਦੋਂ ਮੈਂ ਪੰਗੂੜੇ ਵਿੱਚ ਪਿਆ ਸੀ ਰੋਂਦਾ ਵੇਖ ਬਾਪੂ ਜੀ ਨੇ ਗੋਦੀ ਵਿੱਚ ਚੱਕ ਲਿਆ ਸੀ ਓਏ ਜੰਮਿਆ ਜੀ ਦਿਨਾਂ ਤੋਂ ਮਹੀਨੇ ਹੁੰਦੇ ਗਏ ਯਾਰ ਹੋਣੀ ਥੋੜੇ ਜੇ ਕਮੀਨੇ ਹੁੰਦੇ ਗਏ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ ਗਾਲਾਂ ਕੱਢਦਾ ਸੀ ਬੱਲਾ ਫਿਰ ਆਮ ਹੋ ਗਿਆ ਤੇਰੀ ਭੈਣ ਸੋਲਵਾਂ ਵੀ ਟੱਪਿਆ ਸਤਾਰਵਾਂ ਵੀ ਟੱਪਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ਸੋ ਇਹ ਇਹ ਵਾਲ ਵੀ ਬਦਨਾਮ ਗਾਣੇ ਵਾਸਤੇ ਕੀਤੇ ਸੀ ਸੋ ਹਾਂਜੀ ਮੈਨੂੰ ਤੁਹਾਡੀਆਂ ਦੋ ਲਾਈਨਾਂ ਜਿਹੜੀਆਂ ਦੋਨਾਂ ਗੀਤਾਂ ਦੀ ਇੱਕ ਇੱਕ ਲਾਈਨ ਜਿਹੜੀ ਆ ਉਹ ਬੜੀ ਚੰਗੀ ਲੱਗਦੀ ਹੈ ਕਿਹੜੀ ਭਾਈ ਇੱਕ ਮੇਰੇ ਬਾਪੂ ਦੇ ਨਾਂ ਤੇ ਤੇਰੇ ਪਿੰਡ ਵਾਲਾ ਮੋੜ ਆ ਇੱਕ ਐਂਡੀ ਧੁੱਗੇ ਹੋਣਾ ਨਾਲ ਬਹਿਣੀ ਉੱਠਣੀ ਐਂਡੀ ਧੁੱਗੇ ਨਾਲ ਤੇਰੀ ਨਿੱਤ ਬਹਿਣੀ ਉੱਠਣੀ ਸੋ ਮੈਂ ਐਂਡੀ ਧੁੱਗਾ ਭਾਜੀ ਮੈਂ ਸਾਰਿਆਂ ਨੂੰ ਦੱਸਦਾ ਮਨਕੀਰ ਤੌਲਕ ਜਦੋਂ ਕਲਾਕਾਰ ਨਹੀਂ ਸੀ ਮੈਂ ਦੱਸਦਾ ਹੁੰਦਾ ਵੀ ਮੈਂ ਕਬੱਡੀ ਪਲੇਅਰ ਸੀ ਤੇ ਮੈਂ ਉਹ ਟਾਈਮਾਂ 'ਚ ਇੰਦਰਜੀਤ ਭਾਜੀ ਹੋਣਾ ਵੱਲੋਂ ਐਪ ਸਾਡੇ ਇੰਟਰਨੈਸ਼ਨਲ ਇੱਥੇ ਅਤੇ ਉੱਥੇ ਦੜਬਾ ਸਾਰਾ ਇਕੱਠਾ ਹੁੰਦਾ ਸੀ ਭਾਜੀ ਹੋਣਾ ਵੱਲੋਂ ਖੇਡਦਾ ਸੀ ਸੋ ਜਿੱਦਣ ਮੈਂ ਕਨੇਡਾ ਆਇਆ ਸੋ ਮੈਨੂੰ ਚਾਅ ਸੀ ਹੈ ਨਾ ਵੀ ਵੀ ਆਪਣੇ ਮਲੇਨੀਅਮ ਟਾਇਰਸ ਹੈ ਨਾ ਵੀ ਕੁਛ ਚੀਜ਼ ਕੁਛ ਕੀ ਕਰੀਏ ਸੋ ਉਦੋਂ ਮੈਂ ਗਾਣਾ ਸ਼ੂਟ ਕੀਤਾ ਸੀ ਕਦਰ ਅਤੇ ਹਾਸੇ ਮਖੌਲ 'ਚ ਹੀ ਹਾਸੀਆਂ ਖੇਡੀਆਂ 'ਚ ਗੀਤ ਬਣ ਗਿਆ ਸੀ ਸੋ ਉਹਦੀਆਂ ਦੋ ਲੈਣਾ ਐਂਡੀ ਧੁੱਗੇ ਨਾਲ ਤੇਰੀ ਨਿੱਤ ਬਹਿਣੀ ਉੱਠਣੀ ਮਲੇਨੀਅਮ ਟਹਿਰਾਂ ਵਾਲੇ ਬੰਦੇ ਤਕੜੇ ਯਾਰਾਂ ਨਾਲ ਫਿਰਦਾ ਏ ਮੌਜਾਂ ਮਾਣਦਾ ਮੇਰੀ ਵਾਰੀ ਯਾਦ ਤੈਨੂੰ ਹੋਣ ਝਗੜੇ ਉਹ ਕਹਿਲੇ ਯਾਦ ਕਰ ਉਹ ਵੀ ਕਦੇ ਦਿੜ ਸੀ ਉਹ ਕੰਮ ਛੱਡ ਕੇ ਮਿਲਣ ਆਉਂਦਾ ਸੀ ਤੂੰ ਸਰੀ ਦੇ ਮਨ ਕਰਤਾ ਵੇ ਕਦਰ ਕਰੀ ਦੀ ਨਖਰੇ ਨਹੀਂ ਕਰੀ ਦੇ ਸੋ ਬਾਏ ਸਾਰਿਆਂ ਨੂੰ ਆਪਣੇ ਕਿਆ ਹੋ ਗਿਆ ਭਾਜੀ ਮੇਰੀ ਵਾਈਫ ਇਸੇ ਤਰੀਕੇ ਕਿਉਂਕਿ ਆਪਣੇ ਆਪਣੇ ਗੱਲਾਂ ਨਹੀਂ ਮੁੱਕਦੀਆਂ ਆਪਣੇ ਟਾਈਟਲ ਸਪਾਂਸਰ ਨੇ ਹਾਂਜੀ ਭਾਜੀ ਹੋਣੀ ਹਾਂਜੀ ਮੇਨ ਸਪਾਂਸਰ ਨੇ ਸੋ ਇਸ ਕਰਕੇ ਉਹ ਹੀ ਰਤ ਕਹਿ ਦਿੰਦੇ ਐਂਡੀ ਧੁੱਗੇ ਹੋਣਾ ਨਾਲ ਤੇਰੀ ਬਹਿਣੀ ਉੱਠਣੀ ਕਿਆ ਬਾਤ ਕਿਆ ਬਾਤ ਸੋ ਭਾਜੀ ਹੋਣਾ ਮੈਂ ਜ਼ਿੰਦ ਮੈਂ ਮੈਨੂੰ ਬੰਦੇ ਪਸੰਦ ਆ ਦੋਗਲਾ ਦੋਗਲਾ ਬੰਦਾ ਜਮਾ ਹੀ ਪਸੰਦ ਨੀ ਤੇ ਮੈਂ ਆਪਦੀ ਮੈਂ ਇੱਕ ਗੱਲ ਕਹਿੰਦਾ ਹੁੰਦਾ ਵੀ ਇਹ ਦੁਨੀਆਂ ਤੇ ਬਹੁਤ ਘੱਟ ਬੰਦੇ ਆ ਜਿਹੜੇ ਜਿਹੜੇ ਸਟੈਂਡੀ ਆ ਜਿਨ੍ਹਾਂ ਚ ਕੋਈ ਅਣਖ ਹੈਗੀ ਆ ਜਿਨ੍ਹਾਂ ਚ ਕੋਈ ਗੱਲ ਆ ਜਿਨ੍ਹਾਂ ਚ ਬਾਤ ਆ ਉਹਨਾਂ ਚੋਂ ਇੰਦਰਜੀਤ ਧੁੱਗਾ ਭਾਜੀ ਮੈਂ ਨੰਬਰ 1 ਕਹੂੰਗਾ ਕਿਉਂਕਿ ਜੱਟ ਜਿੱਥੇ ਖੜ ਗਿਆ ਜਿੱਥੇ ਅੜ ਗਿਆ ਅੜ ਗਿਆ ਦੈਟ ਭਾਵੇਂ ਕਹਿੰਦਾ ਆਪਦਾ ਕਿੰਨਾ ਵੀ ਲੱਗ ਜੇ ਸੋ ਮੈਂ ਤਾਂ ਦਰਜਾ ਹੀ ਵੀ ਜਿੰਨ ਮੈਂ ਇੱਕ ਹੀ ਗੱਲ ਕਹਿੰਦਾ ਹੁੰਦਾ ਜਿੰਨਾ ਮੈਂ ਆਪਦੇ ਡੈਡੀ ਨੂੰ ਪਿਆਰ ਕਰਦਾ ਤੇ ਉਹਨਾਂ ਮੈਂ ਸੇਮ ਪਿਆਰ ਇੰਦਰਜੀਤ ਭਾਈ ਨੂੰ ਕਰਦਾ ਸੋ ਲਵ ਯੂ ਭਾਜੀ ਤੇ ਅੱਤ